ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਵੀਰ ਭਰਾਵੋ, ਕੀ ਹਾਲ ਚਾਲ ਆ? ਸਭ ਠੀਕ ਠਾਕ ਚੜ੍ਹਦੀ ਕਲਾ ਜੀ? ਹਾਂਜੀ ਹਾਂਜੀ, ਆਪਾਂ ਵੀ ਠੀਕ ਆ। ਕਹਿੰਦੇ ਥੱਪੜ ਦੀ ਧਮਕ ਦਿੱਲੀ ਤੱਕ ਪਹੁੰਚ ਗਈ ਆ। ਬਹੁਤ ਵਧੀਆ ਕਾਰਜ ਹੋਇਆ, ਜਿਹੜਾ ਕਿ ਸਿੱਖਾਂ ਦੀ ਬੇਟੀ ਕੁਲਵਿੰਦਰ ਕੌਰ ਦੇ ਵੱਲੋਂ ਬੜਾ ਵਧੀਆ ਕਾਰਜ ਕੀਤਾ ਗਿਆ ਆ। ਅਤੇ ਮੈਂ ਆਪਣੇ ਵੀਰਾਂ ਨੂੰ ਕਹੂੰਗਾ, ਆ ਜਾਓ, 10 ਮਿੰਟ ਆਪਾਂ ਗੱਲਬਾਤ ਕਰਦੇ ਹਾਂ, ਲਾਈਵ ਦੇ ਵਿੱਚ ਜੁੜ ਜਾਓ। ਅਤੇ ਹੁਣ ਮੈਂ ਕੰਗਣਾ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕੰਗਣਾ ਕਿੱਦਾਂ, ਫਿਰ ਕਿੰਨੀ ਕੁ ਧਮਕ ਪਈ ਸੀ, ਕਿੱਡੀ ਕੁ ਜ਼ੋਰ ਨਾਲ ਵੱਜਾ ਸਰਕਾਰ ਦਾ ਥੱਪੜ? ਇਹ ਮੌਕੇ ਦੀ ਗੱਲ ਹੁੰਦੀ ਆ, ਜਦੋਂ ਬੰਦਾ ਕੋਈ ਮੌਕੇ 'ਤੇ ਦਾ ਆਵੇ ਨਾ, ਫਿਰ ਗੱਲ ਹੁੰਦੀ ਆ। ਹੁਣ ਵੇਖੋ, ਜਦੋਂ ਆਪਾਂ ਕਿਸਾਨੀ ਅੰਦੋਲਨ ਦੇ ਸਮੇਂ ਆਪਾਂ ਸਾਰੇ ਜਾਣੇ ਦਿੱਲੀ ਗਏ ਨਾ, ਉੱਥੇ ਦਿੱਲੀ ਆਪਣੇ ਹੱਕ ਸੱਚ ਦੀ ਆਵਾਜ਼ ਬੁਲੰਦ ਕੀਤੀ ਆਪਾਂ ਆਪਣੇ ਕਿਸਾਨਾਂ ਨੇ, ਵੀਰਾਂ ਭਰਾਵਾਂ ਨੇ। ਅਤੇ ਇਹ ਕੰਗਣਾ, ਇਹੋ ਕੰਗਣਾ ਪਤਾ ਕੀ ਆਉਂਦੀ ਸੀ? ਇਹ ਸਾਡੀਆਂ ਬੀਬੀਆਂ ਭੈਣਾਂ ਨੂੰ ਕਹਿੰਦੀ ਸੀ 100-150 ਰੁਪਈਏ 'ਤੇ ਜਨਾਨੀਆਂ ਲਿਆ ਕੇ, ਅਤੇ ਇੱਥੇ ਕੜਮਾਸ ਮਚਾਇਆ ਅਤੇ ਰੋਟੀਆਂ ਪਕਾ ਪਕਾ ਕੇ ਅਤੇ ਬੈਠੇ ਵਿਹਲੇ ਖਾਂਦੇ ਆ। ਇਹ ਸਾਰੇ ਦੇ ਸਾਰੇ ਉਗਰਵਾਦੀ ਆ, ਇਹ ਸਾਰੇ ਦੇ ਸਾਰੇ ਆਤੰਕਵਾਦੀ ਆ, ਇਹ ਟੈਰਰ ਇੱਦਾਂ ਆਉਂਦੀ ਸੀ ਸਾਰਿਆਂ ਨੂੰ। ਅਤੇ ਅਜੇ ਤਾਂ ਭਰਾਵੋ ਕੁਛ ਨਹੀਂ, ਅਜੇ ਤੈਨੂੰ ਉਦੋਂ ਤਾਂ ਚਲੋ ਸੱਤਾ ਦੇ ਕੋਲ ਹੈ ਨਹੀਂ, ਹੁਣ ਤਾਂ ਸੱਤਾ ਦੇ ਕੋਲ ਐਮ ਪੀ ਜੀ ਆ ਚੁੱਕੀ ਆ। ਹੁਣ ਵੇਖਿਓ ਸਿੱਖਾਂ ਦੇ ਖਿਲਾਫ਼ ਕਿੱਦਾਂ ਵੱਧ ਚੜ੍ਹ ਕੇ ਬੋਲਦੀ, ਅਜੇ ਥੋੜ੍ਹਾ ਸਮਾਂ ਰੁਕ ਜਾਓ, ਵੇਖਿਓ ਕਿੱਦਾਂ ਸਿੱਖਾਂ ਦੇ ਖਿਲਾਫ਼ ਵੱਧ ਚੜ੍ਹ ਕੇ ਬੋਲਦੀ। ਅਤੇ ਮੈਂ ਕਹਿਣਾ ਚਾਹੁੰਦਾ ਵੀ ਇਹ ਦੇਸ਼ ਜਿਹੜਾ ਆ, ਇਹ ਇਕੱਲਾ ਕਿਸੇ ਇੱਕ ਬੰਦੇ ਦਾ ਨਹੀਂ ਗਾ, ਇਹ ਦੇਸ਼ ਦੇ ਵਾਸਤੇ ਬੜੀਆਂ ਤਕੜੀਆਂ ਕੁਰਬਾਨੀਆਂ ਹੋਈਆਂ ਆ, ਵੱਧ ਤੋਂ ਵੱਧ ਕੁਰਬਾਨੀਆਂ ਸਿੱਖ ਧਰਮ ਵਾਲਿਆਂ ਨੇ ਕੀਤੀਆਂ ਆ। ਆਹ ਜਿਹੜੀ ਵੀਡੀਓ, ਜਿਹੜੀ ਕੱਲ੍ਹ ਵਾਲੀ ਵੀਡੀਓ ਆ ਨਾ, ਕੱਲ੍ਹ ਵਾਲੀ ਵੀਡੀਓ ਦੇ ਵਿੱਚ ਵੀ ਕਹਿੰਦੀ ਆ ਵੀ ਜਿਹੜੇ ਪੰਜਾਬ ਦੇ ਵਿੱਚ ਆ ਨਾ, ਇਹ ਹੁਣ ਉਗਰਵਾਦੀ ਪੈਦਾ ਹੋ ਰਹੇ ਆ। ਕਹਿੰਦੀ ਪੰਜਾਬ 'ਚ ਜਿਹੜੇ ਆ ਨਾ, ਉਗਰਵਾਦੀ ਪੈਦਾ ਹੋ ਰਹੇ ਆ। ਵੀ ਗੱਲ ਇਹਨੇ ਕੀਤੀ ਆ ਵੀ ਅੰਮ੍ਰਿਤਪਾਲ ਐਮ ਪੀ ਬਣ ਗਿਆ ਆ, ਅਤੇ ਹੁਣ ਪੰਜਾਬ ਦੇ ਵਿੱਚ ਉਗਰਵਾਦੀ ਪੈਦਾ ਹੋਣਗੇ, ਸਿੱਧਾ ਨਿਸ਼ਾਨਾ ਇਹ ਉਹਨੇ ਮਾਰਿਆ ਨਿਸ਼ਾਨਾ ਵੀ ਪੰਜਾਬ ਦੇ ਵਿੱਚ ਉਗਰਵਾਦੀ ਪੈਦਾ ਹੋ ਗਏ ਆ ਅਤੇ ਕੁਝ ਹੋ ਰਹੇ ਆ। ਇਹ ਜਨਾਨੀ ਨੇ ਉਸ ਸਮੇਂ 'ਤੇ ਸਿੱਖਾਂ ਨੂੰ, ਸਿੱਖਾਂ ਦੀਆਂ ਮਾਵਾਂ ਭੈਣਾਂ ਧੀਆਂ ਨੂੰ ਗਾਲਾਂ 'ਤੇ ਕੱਢਦੀ ਰਹੀ ਆ, ਮਾੜਾ ਚੰਗਾ ਬੋਲਦੀ ਰਹੀ ਆ। ਅਤੇ ਉਹ ਆਪਣੀ ਭੈਣ ਕੁਲਵਿੰਦਰ ਕੌਰ ਜਿਹੜੀ ਆਪਣੀ ਡਿਊਟੀ ਕਰਦੀ ਸਰਕਾਰ ਦੀ, ਉਸ ਨੇ ਗੱਲ ਰੱਖੀ ਯਾਦ, ਉਹ ਆਂਦੀ ਉਸ ਧਰਨੇ ਦੇ ਵਿੱਚ ਮੇਰੀ ਮਾਂ ਵੀ ਜਾਂਦੀ ਰਹੀ ਆ, ਉਸ ਅੰਦੋਲਨ ਦੇ ਵਿੱਚ ਮੇਰੀ ਮਾਤਾ ਵੀ ਜਾਂਦੀ ਰਹੀ ਆ। ਅਤੇ ਜਦੋਂ ਤੂੰ ਇੰਨੀ ਗੱਲ ਮਾੜੀ ਚੰਗੀ ਬੋਲਣੀ ਆ, ਤਾਂ ਅਗਲਿਆਂ ਨੇ ਫਿਰ ਤਾਕਤ ਰੱਖਣੀ ਰੱਖਣੀ ਆ। ਅਤੇ ਜਦੋਂ ਅਗਲੀ ਨੇ ਐਨ ਕੱਸ ਕੇ ਮਾਰਿਆ ਥੱਪੜ, ਗੱਲ ਹੋ ਗਈ ਲਾਲ, ਤਾਂ ਮੁੜ ਕੇ ਕੰਪਲੇਨਾਂ ਭਾਵੇਂ ਜੋ ਮਰਜ਼ੀ ਕਰਦੀ, ਫਿਰ ਇਹ ਤਾਂ ਰਿਕਾਰਡ ਬੁੱਕ ਹੋ ਗਿਆ ਨਾ, ਤਾਂ ਰਿਕਾਰਡ ਹੋ ਗਿਆ ਹੁਣ, ਰਿਕਾਰਡ ਪੈਦਾ ਹੋ ਗਿਆ ਆ। ਅਤੇ ਹਾਂ ਗੱਲ ਤਾਂ ਹਾਂ ਬਾਤ ਆ, ਜਿੱਦਾਂ ਕਰਨੀ, ਜੋ ਜੈਸੀ ਕਰਨੀ ਵੈਸੀ ਭਰਨੀ। ਅਤੇ ਆਏ ਦਿਨ ਹੀ ਜਿਹੜੇ ਸ਼ਰਾਰਤੀ ਅਨਸਰ ਆ, ਜਿਹੜੇ ਚੰਗੇ ਭਲੇ ਸਿੱਖ ਨੇ, ਸਾਰੇ ਬੰਨਿਓ ਸਹੀ ਨੇ, 93% ਸਿੱਖਾਂ ਦੀਆਂ ਕੁਰਬਾਨੀਆਂ ਨੇ, ਉਹਨਾਂ ਨੂੰ ਇਹ ਤੋਹਮਤਾਂ ਲਾ ਲਾ ਕੇ ਨੀਵਾਂ ਵਿਖਾਉਣਾ ਚਾਹੁੰਦੇ ਆ। ਅੱਛਾ, ਨੇਕੀ ਵੀਰ ਲਿਖਦਾ ਵੀ ਕਹਿੰਦਾ ਨੇਕੀ ਨਿਊਜ਼ੀਲੈਂਡ ਵਾਲਾ ਕੁਲਵਿੰਦਰ ਕੌਰ ਨੂੰ ਗਲਤ ਕੀਤਾ, ਕਹਿੰਦਾ ਕੁਲਵਿੰਦਰ ਕੌਰ ਨੇ ਗਲਤ ਕੀਤਾ ਆ।
ਭਰਾਵਾ ਤੂੰ ਨਿਊਜ਼ੀਲੈਂਡ ਵਿੱਚ ਬੈਠਾ ਆ ਨੇਕੀ, ਤੂੰ ਆਪਣੇ ਨਿਊਜ਼ੀਲੈਂਡ ਦਾ ਵੇਖ ਵੀ ਤੁਹਾਡੇ ਉੱਥੇ ਭੇਡਾਂ ਕਿੰਨੀਆਂ ਅਤੇ ਉਹ ਭੇਡਾਂ ਭੂਡਾਂ ਮੁੰਨਿਆ ਕਰ। ਤੂੰ ਪੰਜਾਬ ਦੇ ਵੱਲ ਪੰਜਾਬ ਦੇ ਮਸਲਿਆਂ ਵਿੱਚ ਹੱਥ ਨਾ ਅੜਾਇਆ ਕਰ, ਲੱਤ ਨਾ ਅੜਾਇਆ ਕਰ, ਕਿਉਂਕਿ ਪੰਜਾਬੀ ਬੜੇ ਉਂਤਰੇ ਆ, ਇਹ ਉਹੋ ਜਿਹੇ ਸਮੇਂ 'ਤੇ ਫੜ ਕੇ ਨਾ ਫਿਰ ਲੱਤ ਮਰੋੜ ਦਿੰਦੇ ਹੁੰਦੇ ਆ। ਅਤੇ ਇਸ ਕਰਕੇ ਤੂੰ ਆਪਣੇ ਨਿਊਜ਼ੀਲੈਂਡ ਦੇ ਵਿੱਚ ਰਹਿ। ਇਹ ਜਿਹੜਾ ਪੰਜਾਬ ਦੀ ਧੀ ਨੇ ਕੰਮ ਕਰਕੇ ਵਿਖਾਇਆ, ਲੋਕ ਤਾਂ ਉਹਨੂੰ ਨਾਮ ਦੇ ਨਾਲ ਨਿਵਾਜਣ ਡਏ ਆ ਵੀ ਤੂੰ ਬਹੁਤ ਵਧੀਆ ਕੰਮ ਕੀਤਾ। ਜਿਹੜੀ ਆਏ ਦਿਨ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਦੀ ਸੀ, ਇਹ ਪੰਜਾਬ ਆ, ਪੰਜਾਬ ਚੀਕਾਂ ਮਰਵਾਉਣ ਦੇ ਚੀਕਾਂ। ਅਤੇ ਮੈਂ ਹੁਣ ਇਹ ਵੀ ਗੱਲ ਕਰਦਾ ਹਾਂ ਕਿ ਆਹ ਵੀਡੀਓ ਮੇਰੀ ਚੁੱਕ ਕੇ ਆਪਣੇ ਪੇਜਾਂ 'ਤੇ ਪਾ ਲਿਓ। ਮੇਰੇ ਪੇਜ 'ਤੇ ਲੋਕ ਸ਼ੇਅਰ ਨਹੀਂ ਕਰਦੇ, ਮੇਰੇ ਪੇਜ 'ਤੇ ਲੋਕਾਂ ਨੂੰ ਐਲਰਜੀ ਬੜੀ ਆ, ਮੇਰੇ ਪੇਜ 'ਤੇ ਬਿਲਕੁਲ ਨਹੀਂ ਲੋਕਾਂ ਸ਼ੇਅਰ ਕਰਦੇ। ਮੈਂ ਹੋਰ ਪੇਜਾਂ 'ਤੇ ਜਦੋਂ ਮੇਰੀ ਵੀਡੀਓ ਪਈ ਹੁੰਦੀ ਨਾ, ਉਹਨਾਂ ਦੇ ਲੋਕ ਬਹੁਤ ਸ਼ੇਅਰ ਮਾਰਦੇ ਆ। ਪਤਾ ਨਹੀਂ ਲੋਕਾਂ ਨੂੰ ਕੀ ਤਕਲੀਫ ਆ, ਇਹ ਪੇਜ 'ਤੇ ਮਰ ਜਾਂਦੇ ਸ਼ੇਅਰ ਕਰਨ ਲੱਗੇ, ਇਹਨਾਂ ਨੇ ਇਸ ਪੇਜ 'ਤੇ ਨਹੀਂ ਸ਼ੇਅਰ ਕਰਨੀ, ਮਰ ਜਾਣਾ ਆ। ਅਤੇ ਹੋਰ ਪੇਜਾਂ 'ਤੇ ਵੀਡੀਓ ਮੇਰੀਆਂ ਪਈਆਂ ਦੇਖਦਾ ਮੈਂ, ਤਾਂ ਉਹਨਾਂ ਥੱਲੇ ਨਾ ਕੁਝ ਲੋਕ ਲੰਡਰ ਜਿਹੜੇ ਨਿਹੰਗ ਸਿੰਘਾਂ ਦੀ ਫੋਟੋ ਲਾ ਕੇ ਨਾ ਮਾੜੇ ਚੰਗੇ ਕਮੈਂਟ ਕਰਦੇ ਆ, ਤਾਂ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ, ਮੈਂ ਫੋਨ ਆਪਣਾ ਨੰਬਰ ਦੇ ਦਿੰਦਾ, ਤੁਸੀਂ ਕਮੈਂਟ ਨਾ ਕਰੋ। ਕਦੀ ਇਹਨੇ ਸਰਵਿਸ ਕਰਨੀ ਆ, ਕਦੀ ਇਹਨੇ ਇਹਨੇ ਤਿਰਨਾ ਵੇਖਣਾ ਆ, ਅਤੇ ਮੈਨੂੰ ਦੱਸੋ, ਮੈਂ ਆ ਜਾਣਾ ਜਿੱਥੇ ਕਿ ਵੇਖਣਾ, ਤੁਸੀਂ ਮਿਰਨਾ ਵੇਖ ਲਿਓ ਅਤੇ ਮੈਂ ਮਿਲ ਲੈਣਾ ਤੁਹਾਨੂੰ। ਅਤੇ ਫੇਕ ਆਈਡੀਆਂ ਬਣਾ ਕੇ ਅਤੇ 5 ਫੋਲੋਵਰ ਲੈ ਕੇ ਕਮੈਂਟ ਨਾ ਕਰੋ। ਤੁਸੀਂ ਜਿਹੜੀ ਗੱਲ ਕਰਨੀ ਹੈ ਨਾ ਮੇਰੇ ਨਾਲ ਐਸੇ ਸਮੇਂ 'ਤੇ ਕਰ ਸਕਦੇ ਹਾਂ, ਮੈਂ ਹਾਜ਼ਰ ਹਾਂ ਤਤਪਰ ਤੱਤ। ਮੈਂ ਪੰਜਾਬ ਛੱਡ ਕੇ ਭੱਜ ਨਹੀਂ ਚੱਲਿਆ, ਦੱਸੋ ਕਿੱਥੇ ਆਉਣਾ ਆ ਜਾਂਦਾ ਹਾਂ। ਅਤੇ ਨਿਹੰਗ ਸਿੰਘਾਂ ਦੀਆਂ ਫੋਟੋਆਂ ਲਾ ਕੇ, ਅਤੇ ਜਿਹੜੇ ਸਾਡੇ ਵਿਰੋਧੀ ਆ ਉਹ ਇਹ ਵਿਖਾਉਣਾ ਚਾਹੁੰਦੇ ਆ ਵੀ ਨਿਹੰਗ ਸਿੰਘ ਦਾ ਨਿਹੰਗ ਸਿੰਘ ਹੀ ਵੈਰੀ ਹੋਇਆ ਆ। ਅਤੇ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਵੀ ਕੰਗਣਾ ਵਰਗਾ, ਕੰਗਣਾ ਇੱਕ ਨਹੀਂ ਗੀ ਇਸ ਦੇਸ਼ ਦੇ ਵਿੱਚ, ਕੰਗਣਾ ਵਰਗੇ ਬਹੁਤ ਸਾਰੇ ਨੇ ਜਿਹੜੇ ਸਿੱਖਾਂ ਦੇ ਸਿੱਖ ਵੈਰੀ ਹੋਏ ਆ। ਅਤੇ ਜਿਹੜੇ ਫੇਕ ਆਈਡੀਆਂ ਬਣਾ ਕੇ ਮਾੜੇ ਚੰਗੇ ਕਮੈਂਟ ਕਰਦੇ, ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਆਪਣੇ ਮਾਂ ਦੇ ਅਸਤਰਾਂ ਦੇ ਵਿੱਚੋਂ ਦੁੱਧ ਪੀਤਾ ਨਾ ਚੁੰਘਿਆ ਜੇ, ਅਤੇ ਸਾਹਮਣੇ ਦੱਸੋ ਆਪਣੀ ਆਈਡੀ ਜਿਹੜੀ ਹੈ ਨਾ, ਦੱਸੋ ਓਰੀਜਨਲ ਆਈਡੀ ਤੋਂ ਕਮੈਂਟ ਕਰਕੇ ਦੱਸੋ, ਅਤੇ ਅਸੀਂ ਤੁਹਾਨੂੰ ਮਿਲ ਲਾਂਗੇ, ਕੋਈ ਚੱਕਰ ਨਹੀਂ ਗਾ। ਅਤੇ ਜਿਹੜਾ ਕਿ ਪੰਜਾਬ ਦੀ ਧੀ ਨੇ ਕਾਰਜ ਕੀਤਾ, ਬਹੁਤ ਸਾਰਾ ਵਧੀਆ ਕਾਰਜ ਕੀਤਾ ਆ, ਉਹ ਭੈਣ ਦਾ ਸਾਥ ਦੇਣਾ ਬਣਦਾ ਸਾਰਿਆਂ ਦਾ, ਉਸ ਭੈਣ ਨੂੰ ਸਲੂਟ ਆ ਇਹ ਕੰਮ ਦੇ ਵਾਸਤੇ। ਅਤੇ ਬਾਕੀ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਹਾਂ, ਜਿਹੜੇ ਜਿਹੜੇ ਸਾਡੇ ਨਾਲ ਜਲਸ ਫੀਲ ਕਰਦੇ ਨਾ, ਮੇਰੇ ਨਾਲ ਉਹ ਕਰਦੇ ਰਹਿਣ, ਕਿਉਂਕਿ ਮੈਂ ਕਿਸੇ ਦੇ ਨਾਲ ਜਲਸ ਫੀਲ ਨਹੀਂ ਕਰਦਾ। ਮੈਂ ਪੰਜਾਬ ਦੇ ਹੱਕ ਸੱਚ ਵਾਸਤੇ ਬੋਲਦਾ ਰਹੂੰਗਾ, ਹਰੇਕ ਮੁੱਦੇ 'ਤੇ ਬੋਲਦਾ ਰਹੂੰਗਾ। ਸਾਨੂੰ ਸਿਰਫ ਡਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਹੋਰ ਕਿਸੇ ਲੱਲੀ ਛੱਲੀ ਦਾ ਡਰ ਨਹੀਂ ਗਾ ਆਪਾਂ ਨੂੰ ਹੈਗਾ। ਅਤੇ ਜਿਹੜਾ ਬੰਦਾ ਸੱਚਾ ਉਹਦੇ ਨਾਲ ਖੜਾਂਗੇ। ਜੇ ਸਾਡੇ ਕਿਸੇ ਵੇਲੇ ਮਤਭੇਦ ਵੀ ਕਿਸੇ ਬੰਦੇ ਦੇ ਨਾਲ ਹੁੰਦੇ ਆ ਨਾ, ਉਹਨਾਂ ਮਤਭੇਦਾਂ ਨੂੰ ਖਤਮ ਕਰਕੇ ਜਿਹੜਾ ਕੋਈ ਬੰਦਾ ਪੰਥ ਦੀ ਗੱਲ ਕਰਦਾ ਉਹਦੇ ਨਾਲ ਹਮਾਇਤ ਕਰਨ ਦੇ ਵਿੱਚ ਆਪਾਂ ਅੱਗੇ ਹਾਂ। ਅਤੇ ਜਿਹੜਾ ਜਲਸ ਅਪੀਲ ਕਰਦਾ ਕਰੀ ਜਾਵੇ। ਕੰਗਣਾ ਵਰਗੇ 5-7 ਬੰਦੇ ਲੁਧਿਆਣੇ ਦੇ ਵਿੱਚ ਬੈਠੇ ਆ, ਜਿਹੜੇ ਆਏ ਦਿਨ ਵੀਡੀਓ ਪਾ ਪਾ ਕੇ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਦੇ ਆ। ਜਦੋਂ ਉਹਨਾਂ ਦੇ ਵੱਜ ਗਈਆਂ ਨਾ, ਉਹ ਵੀ ਚੁੱਪ ਕਰਕੇ ਬਹਿ ਜਾਣਗੇ। ਇਹ ਕੰਗਣਾ ਜਿਹੜੀ ਹੈ ਨਾ, ਇਹ ਬੜੀ ਤਕੜੀ ਮੋਦੀ ਦੀ ਚੇਲੀ ਆ, ਅਤੇ ਇਹ ਹੁਣ ਉਹਦੀ ਸਪੋਰਟ ਦੇ ਵਿੱਚ ਸਿੱਖਾਂ ਨੂੰ ਫਿਰ ਮਾੜਾ ਕਹਿਣਾ ਚਾਹੁੰਦੀ ਆ। ਅਤੇ ਜਦੋਂ ਥੱਪੜ ਵੱਜਾ ਨਾ ਇਹਦੇ, ਇਹਨੂੰ ਅਗਲਾ ਪਿਛਲਾ ਸਭ ਕੁਛ ਯਾਦ ਆ ਗਿਆ, ਯਾਦ ਚੰਡੀਗੜ੍ਹ ਦੀ ਧਮਕ ਪੈਂਦੀ ਦਿੱਲੀ ਤੱਕ ਸੁਣੀ ਆ। ਅਤੇ ਹਾਂ ਗੱਲ ਆ, ਜੇਕਰ ਆਪਾਂ ਚੰਗਿਆਈ ਕਰਦੇ ਹਾਂ ਨਾ ਕਿਸੇ ਨਾਲ, ਤਾਂ ਆਪਾਂ ਨੂੰ ਚੰਗਿਆਈ ਦੇ ਬਦਲੇ ਚੰਗਿਆਈ ਮਿਲਦੀ ਆ। ਜਸਵੀਰ ਸਿੰਘ ਭੁੱਲਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੋਦੀ ਮੀਡੀਆ ਕੰਗਣਾ ਦੀ ਬਹੁਤ ਸਪੋਰਟ ਕਰ ਰਿਹਾ, ਪੰਜਾਬ ਦਾ ਮੀਡੀਆ ਕੁਲਵਿੰਦਰ ਕੌਰ ਦੀ ਸਪੋਰਟ ਕਰ ਰਿਹਾ। ਕਹਿੰਦੇ ਵੀ ਗੋਦੀ ਮੀਡੀਆ ਜਿਹੜਾ ਨਾ, ਉਹ ਕੰਗਣਾ ਦੀ ਬੜੀ ਸਪੋਰਟ ਕਰਨ ਡਿਆ, ਅਤੇ ਜਿਹੜਾ ਪੰਜਾਬ ਦਾ ਮੀਡੀਆ ਨਾ, ਕੁਲਵਿੰਦਰ ਕੌਰ ਦੀ ਸਪੋਰਟ ਕਰ ਰਿਹਾ।
ਤੇ ਕੁਲਵਿੰਦਰ ਕੌਰ ਦੀ ਸਪੋਰਟ ਕਰਨਾ ਬਣਦਾ ਵੀ ਆ, ਕਿਉਂਕਿ ਪੰਜਾਬ ਦਾ ਖਾਨੇ ਆ ਤੇ ਪੰਜਾਬ ਦੀ ਸਪੋਰਟ ਕਰਨਾ ਬਣਦਾ ਆ। ਤੇ ਬਾਕੀ ਮੇਰਾ ਨਾਮ ਹੈਗਾ ਦੀਪ ਸਿੰਘ ਖਾਲਸਾ ਸਪੂਰ ਨਿਹੰਗ ਸਿੰਘ ਫੌਜ। ਕਹਿੰਦਾ ਹੈ ਦੀਪ ਕਿੱਥੋਂ ਨਿਹੰਗ ਸਿੰਘ ਹੋ ਗਿਆ, ਮੈਂ ਕਿਹਾ ਆ ਜਾ ਫਿਰ ਦੱਸ ਦਿੰਦੇ ਹਾਂ। ਦਾਸ ਦੀਪ ਸਿੰਘ ਖਾਲਸਾ ਨਿਹੰਗ ਸਿੰਘ ਫੌਜ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਪੁੱਤਰ, ਠੀਕ ਆ। ਕਹਿੰਦਾ ਦੀਪ ਸਿੰਘ ਖਾਲਸਾ ਕਿੱਥੋਂ ਹੋ ਗਿਆ ਹੈ, ਆ ਜਾ ਦੱਸ ਦਿੰਦੇ ਹਾਂ। ਇੱਦਾਂ ਪੁੱਤ ਧੋਣ 'ਤੇ ਗੋਡਾ ਰੱਖਾਂਗੇ। ਜਦੋਂ ਕਦੇ ਕਿੱਕਲੀ ਪਾਈ ਨਾ ਫੜ ਕੇ ਪਤਾ ਫੇਰ ਲੱਗੂ। ਅਸੀਂ ਜਦੋਂ ਵੀ ਕਿਸੇ ਨੂੰ ਕਮੈਂਟ ਕਰਦੇ ਓਰੀਜਨਲ ਆਈ ਡੀ ਤੋਂ ਕਰਦੇ ਹਾਂ। ਇਹ ਫੇਕ ਆਈਡਰ ਜਿਹੜੇ ਆ ਨਾ, ਫੇਕ ਆਈਡਰ ਉਹ ਥੋੜ੍ਹੇ ਨਹੀਂ ਗੇ, ਬਹੁਤ ਜ਼ਿਆਦਾ ਆ। ਅਤੇ ਮੈਂ ਉਹਨਾਂ ਫੇਕ ਆਈਡਰਾਂ ਨੂੰ ਕਹਿਣਾ ਵੀ ਤੁਹਾਡੇ ਵਾਸਤੇ ਨਾ ਟੁੱਟਾ ਛਿੱਤਰ ਆ ਜਿਹੜਾ ਸਿਰ 'ਚ ਮਾਰੂੰਗਾ ਮੈਂ। ਅਤੇ ਬਾਕੀ ਮੇਰੇ ਵੀਰ ਭਰਾਵੋ ਚੜ੍ਹਦੀ ਕਲਾ ਵਿੱਚ ਰਹੋ, ਲੱਲੀਆਂ ਛੱਲੀਆਂ ਕਤੀੜਾਂ ਖੱਚਾਂ ਭੇਡਾਂ ਤੋਂ ਪ੍ਰਵਾਹ ਨਾ ਕਰਿਆ ਕਰੋ, ਠੋਕ ਕੇ ਆਪਣੇ ਖਾਲਸੇ ਪੰਥ ਦਾ ਪ੍ਰਚਾਰ ਕਰੋ। ਅਤੇ ਜਿੱਦਣ ਮਰਨਾ ਉਦਣ ਮਰ ਜਾਣਾ, ਡਰਨ ਦੀ ਕੋਈ ਲੋੜ ਨਹੀਂ। ਅਤੇ ਇਹੋ ਜਿਹੀਆਂ ਕਈ ਆਈਆਂ ਕਈ ਗਈਆਂ, ਕਈ ਆਏ ਕਈ ਗਏ, ਇਹਨਾਂ ਨੂੰ ਮੂੰਹ ਤੋੜਵਾਂ ਜਵਾਬ ਦਿਆ ਕਰੋ। ਫੇਸਬੁੱਕ ਦੇ ਪੇਜ ਕਾਹਦੇ ਲਈ ਬਣਾਏ ਆ, ਜਿਹੜੇ ਬਲੌਗਰ ਜਿਹੜੇ ਆ ਉਹਨਾਂ ਨੇ ਆਪਣੀਆਂ ਬੀਬੀਆਂ ਬਹੂ ਵਿਖਾ ਵਿਖਾ ਕੇ ਇਹੋ ਕੰਮ ਕਰਨੇ ਆ। ਜਿਹੜੇ ਬੰਦਿਆਂ ਨੂੰ ਹੱਕ ਸੱਚ ਵਾਸਤੇ ਪੇਜ ਬਣਾਏ ਉਹ ਬੋਲਿਆ ਕਰੋ, ਆਪਣੇ ਹੱਕ ਸੱਚ ਵਾਸਤੇ ਭੈਣ ਦੇ ਹੱਕ ਦੇ ਵਿੱਚ ਆਵਾਜ਼ ਉਠਾਓ, ਵੀਡੀਓ ਪਾਓ। ਇਹ ਨਾ ਕਹੋ ਕਿ ਆਪਾਂ ਨੂੰ ਕੀ ਲੋੜ ਆ ਅਤੇ ਆਪਾਂ ਨੂੰ ਕੀ ਲੋੜ ਆ। ਭਾਈ ਹਵਾਰਾ ਦਾ ਥੱਪੜ ਪਹਿਲਾਂ, ਹਾਂ ਭਾਈ ਹਵਾਰਾ ਜੀ ਨੇ ਥੱਪੜ ਮਾਰਿਆ ਨਾ ਨਿਸ਼ਾਨ ਸ਼ਰਮੇ ਦੇ, ਉਹਨੂੰ ਅਜੇ ਤੱਕ ਯਾਦ ਹੈ ਨਾ, ਸਾਰੀ ਉਮਰ ਤੱਕ ਯਾਦ ਰਹਿਣਾ ਉਹਨੂੰ। ਇਹ ਥੱਪੜ ਜਿਹੜਾ ਨਾ ਇਹ ਸਾਰਾ ਕੰਮ ਸੈੱਟ ਰੱਖ ਦਿੰਦਾ ਆ। ਥੱਪੜ ਕਈਆਂ ਨੂੰ ਸਵਾਰ ਵੀ ਦਿੰਦਾ ਕਈਆਂ ਦਾ, ਅਤੇ ਕਈਆਂ ਦਾ ਵਿਗਾੜ ਵੀ ਦਿੰਦਾ ਆ। ਅਤੇ ਜਿਹੜਾ ਭੈਣ ਨੇ ਉਹਨੂੰ ਦਹੀਂ ਦਿੱਤਾ ਆ ਉਹਦੇ ਵਾਸਤੇ ਬਹੁਤ ਸਲੂਟ ਆ। ਦੋ ਕੁ ਵੀਰਾਂ ਨੇ ਕਮੈਂਟ ਪੜ੍ਹ ਲਈਏ ਨਾ ਪੜ੍ਹ ਲਈਏ, ਜੇ ਵੀਡੀਓ ਨੂੰ ਸ਼ੇਅਰ ਕਰਨਾ ਤਾਂ ਕਰ ਦਿਓ, ਨਹੀਂ ਤਾਂ ਦੂਜੇ ਪੇਜਾਂ ਵਾਲੇ ਨੇ ਪਾ ਦੇਣੀ ਆ, ਉਹ 'ਤੇ ਉਹਨਾਂ ਨੇ ਆਪੇ ਸ਼ੇਅਰ ਮਰ ਜਾਣੇ। ਫਿਰ ਮੇਰੇ ਪੇਜ ਤੋਂ ਅਲਰਜੀ ਆ ਵੀ ਅਸੀਂ ਇਹਦੇ ਪੇਜ ਨੂੰ ਸ਼ੇਅਰ ਨਹੀਂ ਕਰਨਾ। ਮੇਰੇ ਪੇਜ ਹੋਰ ਵੀ ਬੜੇ ਆ, ਮੈਂ ਦੱਸਦਾ ਘੱਟ ਹੀ ਉਹਨਾਂ ਦਾ। ਜੋਗਾ ਸਿੰਘ ਵਾਹਿਗੁਰੂ ਜੀ ਵਾਹਿਗੁਰੂ ਜੀ, ਡਾਕਟਰ ਜਕਾਲ, ਹਾਂ ਇਹੋ ਭਾਈ ਹਵਾਰਾ ਦਾ ਥੱਪੜ ਪਹਿਲਾਂ ਹੀ ਨਹੀਂ ਭੁੱਲਿਆ। 93% ਕੁਰਬਾਨੀਆਂ ਆ ਸਿੱਖਾਂ ਦੀਆਂ ਇਸ ਦੇਸ਼ ਦੇ ਜਨਤਾ ਵਾਸਤੇ ਸਾਡੇ ਗੁਰੂ ਨੇ ਆਪਣੇ ਸਾਹਿਬਜ਼ਾਦੇ ਵਾਰ ਦਿੱਤੇ ਆ। ਅਤੇ ਇਹ ਉੱਠ ਕੇ ਚਾਰ ਕੁ ਖੱਚਾਂ ਭੇਡਾਂ ਅਤੇ ਵੱਧ ਘੱਟ ਸਿੱਖਾਂ ਦੇ ਖਿਲਾਫ਼, ਸਿੱਖ ਬੀਬੀਆਂ ਦੇ ਖਿਲਾਫ਼, ਕਿਸਾਨਾਂ ਨੂੰ, ਇਸ ਦੇਸ਼ ਦੇ ਕਿਸਾਨ ਆ, ਚਾਹੇ ਪੰਜਾਬ ਦੇ ਲਾ ਲਓ, ਚਾਹੇ ਹਰਿਆਣੇ ਦੇ ਲਾ ਲਓ, ਚਾਹੇ ਰਾਜਸਥਾਨ ਦੇ ਲਾ ਲਓ, ਉਹਨਾਂ ਨੂੰ ਆਤੰਕਵਾਦੀ, ਖੂੰਖਾਰ ਆਤੰਕਵਾਦੀ ਬੋਲਦੀ ਆ। ਇਹਨੂੰ ਪੁੱਛਿਆ ਜਾਵੇ ਵੀ ਦੇਸ਼ ਦੇ ਵਿੱਚ ਜੰਮੇ, ਦੇਸ਼ ਦੇ ਵਿੱਚ ਪਲੇ, ਤੂੰ ਕਿੱਥੋਂ ਚੰਦਰਮਾ ਤੋਂ ਡਿੱਗੀ ਆ? ਤੂੰ ਆਨੀ ਇਹ ਅੱਤਵਾਦੀ ਆ, ਇਹ ਗੁੰਡੇ ਆ, ਟੈਰਾਰਸ ਆ, ਕਾਹਦਾ ਟੈਰਾਰਸ ਆ? ਇਹ ਦੇਸ਼ ਦੇ ਨਾਗਰਿਕ ਆ, ਸਿਟੀਜਨ ਆ ਇਹ ਦੇਸ਼ ਦੇ। ਹੱਦ ਹੋ ਗਈ ਤੁਹਾਡੇ ਵਾਲੀ। ਅਤੇ ਇੱਦਾਂ ਹੀ ਲੂਣ ਦਿੱਤਾ ਜਾਊਗਾ, ਬਹੁਤ ਵਧੀਆ। ਜਸਵੀਰ ਸਿੰਘ ਲਿਖਦੇ ਆ ਵੀ ਸ਼ੁਕਰ ਮਨਾਵੇ, ਮੈਂ ਨਹੀਂ ਸੀ ਉੱਥੇ, ਮੈਂ ਗੋਡਿਆਂ ਥੱਲੇ ਲੈ ਲੈਣੀ ਸੀ। ਵੀਰ ਜੀ ਵੀ ਫੌਜ ਦੇ ਵਿੱਚ ਆ। ਵੀਰ ਜੀ ਭਲਾ ਤੁਸੀਂ ਪੱਥਰ ਸਾਹਿਬ ਤੋਂ ਨਹੀਂ ਦੇਖ ਰਹੇ? ਪੱਥਰ ਸਾਹਿਬ ਤੋਂ ਵੀਰ ਨੇ ਕਿਹਾ ਵੀ ਮੈਂ ਗੋਡਿਆਂ ਥੱਲੇ ਲੈ ਲੈਣੀ। ਚਲੋ ਆਪੋ ਆਪਣੇ ਮਨ ਦੀ ਖੁਸ਼ੀ ਆ, ਬੰਦਾ ਕਿਸੇ ਦੇ ਨਾਲ ਕਿੱਦਾਂ ਵੀ ਪ੍ਰਗਟ ਕਰਦਾ ਆ। ਮੈਂ ਇਹੋ ਕਹਿੰਦਾ ਵੀ ਚੰਗਾ ਕਰੋ ਅਤੇ ਚੰਗਾ, ਚੰਗੇ ਦਾ ਫਲ ਚੰਗਾ ਹੀ ਹੁੰਦਾ ਆ, ਜੇ ਆਪਾਂ ਮਾੜਾ ਕਰਾਂਗੇ ਤਾਂ ਮਾੜੇ ਦਾ ਫਲ ਫਿਰ ਮਾੜਾ ਹੀ ਹੁੰਦਾ ਆ। ਅਤੇ ਕੋਈ ਚੱਕਰ ਨਹੀਂ ਗਾ, ਜਿਹੜਾ ਬੰਦਾ ਚੰਗਾ ਕਰੂਗਾ ਆਪਾਂ ਉਹਦੀ ਹਮਾਇਤ ਦੇ ਵਿੱਚ ਹਾਂ।
ਜਿਹੜਾ ਬੰਦਾ ਮਾੜਾ ਕਰੂਗਾ ਆਪਾਂ ਉਹਦੇ ਵਿਰੁੱਧ ਵਿੱਚ ਹਾਂ। ਅਤੇ ਬਾਕੀ ਜਿਉਂਦੇ ਵਾਸਤੇ ਰਹੋ, ਚੜ੍ਹਦੀ ਕਲਾ 'ਚ ਰਹੋ, ਅਤੇ ਜਿਹਨੇ ਅੰਮ੍ਰਿਤ ਨਹੀਂ ਛਕਿਆ ਉਹ ਛਕੋ ਅਤੇ ਗੁਰੂ ਵਾਲਾ ਬਣੋ, ਬਾਣੀ ਬਾਣੇ ਦੇ ਧਾਰਨੀ ਹੋ, ਨਾਮ ਜਪਿਆ ਕਰੋ ਦਿਨ ਰਾਤ, ਗੁਰੂ ਦਾ ਸਵਾਸ ਸਵਾਸ ਨਾਮ ਸਿਮਰਨ ਕਰਿਆ ਕਰੋ। ਅਤੇ ਬਾਕੀ ਭੈਣ ਨੇ ਬਹੁਤ ਵਧੀਆ ਕਾਰਜ ਕੀਤਾ ਆ, ਉਹਨਾਂ ਕੁੜੀਆਂ ਦੇ ਨਾਲੋਂ ਚੰਗੀਆਂ ਆ, ਉਹਨਾਂ ਕੁੜੀਆਂ ਦੇ ਨਾਲੋਂ ਚੰਗੀ ਆ ਜਿਹਨੇ ਕਰਕੇ ਕੁਛ ਵਿਖਾਇਆ ਮੌਕੇ ਆਉਣ 'ਤੇ। ਅਤੇ ਜਿਹੜੀਆਂ ਰੀਲਾਂ ਪਾਉਣ ਜੋਗੀਆਂ ਉਹਨਾਂ ਦੇ ਬਾਰੇ ਤੁਹਾਨੂੰ ਤੁਸੀਂ ਆਪ ਹੀ ਜਾਣਦੇ ਹੋ। ਅਤੇ ਇਹ ਹੱਕ ਵਾਜਦੀ ਹੱਕ ਸੱਚ ਦੀ ਆਵਾਜ਼ ਬੁਲੰਦ ਕੀਤੀ ਆ, ਅਤੇ ਕਰਦੇ ਸਦਾ ਰਵਾਂਗੇ, ਅਤੇ ਭੈਣ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਾਂਗੇ, ਸਾਥ ਪੂਰਾ ਦੇਵਾਂਗੇ, ਵੀਡੀਓ ਪਾ ਕੇ ਇਹਦੇ ਹੱਕ ਵਿੱਚ ਖੜ੍ਹਦੇ ਰਵਾਂਗੇ ਜਿੱਥੋਂ ਤੱਕ ਵੀ ਹੋ ਸਕਿਆ। ਅਤੇ ਬਹੁਤ ਧੰਨਵਾਦ ਲਾਈਵ ਦੇ ਵਿੱਚ ਆਉਣ ਦਾ, ਇੱਦਾਂ ਹੀ ਡਟ ਕੇ ਰਵਾਂਗੇ ਇੱਦਾਂ ਹੀ। ਦਾਸਦੀਪ ਸਿੰਘ ਖਾਲਸਾ ਨਿਹੰਗ ਸਿੰਘ ਫੌਜ ਚੜ੍ਹਦੀ ਕਲਾ 'ਚ ਰਵੇ, ਗੁਰੂ ਗੋਬਿੰਦ ਸਿੰਘ ਦੀ ਲਾਡਲੀ ਫੌਜ, ਹੋਰ ਵੀ ਫੌਜਾਂ ਚੜ੍ਹਦੀਆਂ ਕਲਾ 'ਚ ਰਵੇ, ਜਿਹੜੀਆਂ ਕਤੀੜਾਂ ਖੱਚਾਂ ਭੇਡਾਂ ਉਹਨਾਂ ਦੀ ਕੋਈ ਪਰਵਾਹ ਨਹੀਂ ਕਰਨੀ, ਸਦਾ ਤਤਪਰ ਤਤ ਖੜ੍ਹੇ ਰਹਿਣਾ, ਚੜ੍ਹਦੀ ਕਲਾ ਵਿੱਚ ਰਹਿਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।